ਪ੍ਰੇਮ ਸਾਗਰ ਸ਼ਰਮਾ, ਪੈਟਰਨ ਭਾਈ ਘਨੱਈਆ ਆਸ਼ੀਰਵਾਦ ਸੁਸਾਇਟੀ ਨਕੋਦਰ ਵੱਲੋਂ ਇਹ ਦੱਸਦੇ ਹੋਏ ਬੜੀ ਖੁਸ਼ੀ ਹੁੰਦੀ ਹੈ ਕਿ ਇਹ ਸੰਸਥਾ ਬਹੁਤ ਹੀ ਦੇਰ ਤੋਂ ਇੱਕ ਨੌਨ ਪੋਲੀਟੀਕਲ ਸੰਸਥਾ ਹੈ ਔਰ ਅਸੀਂ ਇਸ ਸਾਰੇ ਪ੍ਰੋਗਰਾਮ ਨੂੰ ਆਯੋਜਿਤ ਕਰਨ ਵਾਸਤੇ ਸ਼੍ਰੀ ਭੁਪਿੰਦਰ ਨਿੱਜਰ ਜੀ ਦੀ ਯਾਦ ਦੇ ਵਿੱਚ ਕਈ ਤਰ੍ਹਾਂ ਦੇ ਅਸੀਂ ਕੈਂਪ ਵਗੈਰਾ ਜਾਂ ਸਮਾਜ ਭਲਾਈ ਦੇ ਕੰਮ ਕਰਦੇ ਹਾਂ ਔਰ ਹੁਣ ਉਹਨਾਂ ਦਾ ਬੇਟਾ ਹਰਮਨ ਨਿੱਜਰ ਪ੍ਰਧਾਨਗੀ ਦੇ ਤੌਰ ਦੇ ਉੱਤੇ ਔਰ ਦੂਜੇ ਮੇਰੇ ਸਾਥੀ ਜਿਹੜੇ ਕਿ ਇਸ ਕਲੱਬ ਦੇ ਮੈਂਬਰ ਨੇ ਉਹ ਹਮੇਸ਼ਾ ਹੀ ਸਮੇਂ ਸਮੇਂ ਦੇ ਉੱਤੇ ਸਮਾਜ ਨੂੰ ਸਮਰਪਿਤ ਹਰ ਤਰ੍ਹਾਂ ਦੇ ਕਈ ਪ੍ਰੋਜੈਕਟ ਲੈ ਕੇ ਲੋਕਾਂ ਦੇ ਜਿਸ ਦੇ ਨਾਲ ਕੋਈ ਕੋਈ ਫਾਇਦਾ ਪਹੁੰਚੇ ਉਹ ਅਸੀਂ ਕਰਦੇ ਰਹਿੰਦੇ ਹਾਂ। ਸੋ ਅੱਜ ਵੀ ਉਸੇ ਸ਼੍ਰਿੰਖਲਾ ਦੇ ਵਿੱਚ ਅਸੀਂ ਗਰਭਵਤੀ ਔਰਤਾਂ ਔਰ ਦਿਲ ਦੀਆਂ ਬਿਮਾਰੀਆਂ ਦੇ ਨਾਲ ਸੰਬੰਧਿਤ ਮੁਫਤ ਮੈਡੀਕਲ ਚੈੱਕਅਪ ਕੈਂਪ ਇੱਥੇ ਨੂਰਮਹਿਲ ਰੋਡ ਨਕੋਦਰ ਦੇ ਅਸੀਂ ਆਯੋਜਿਤ ਕੀਤਾ ਵਾ ਔਰ ਇਹ ਦੱਸਦੇ ਹੋਏ ਬੜੀ ਖੁਸ਼ੀ ਹੈ ਕਿ ਲੋਕਾਂ ਦਾ ਵੀ ਬੜਾ ਅੱਛਾ ਰਿਸਪੋਂਸ ਹੈ ਕਿਉਂਕਿ ਅੱਜ ਕੱਲ੍ਹ ਦੀ ਬੜੀ ਜਿਹੜੀ ਜ਼ਿੰਦਗੀ ਹੈ ਬੜੀ ਨੱਠ ਭੱਜ ਵਾਲੀ ਆ ਔਰ ਉਸਦੇ ਵਿੱਚ ਹਰ ਇਨਸਾਨ ਬਹੁਤ ਟੈਨਸ਼ਨ ਦੇ ਵਿੱਚ ਰਹਿੰਦਾ ਵਾ। ਦਿਲ ਦੀ ਬਿਮਾਰੀ ਹੋ ਜਾਣੀ ਇੱਕ ਆਮ ਕੋਮਨ ਚੀਜ਼ ਹੁੰਦੀ ਆ, ਸੋ ਉਸਦੇ ਰੋਕਥਾਮ ਦੇ ਵਾਸਤੇ ਸਾਡੇ ਕੋਲ ਡਾਕਟਰ ਸਾਹਿਬ ਆਏ ਨੇ ਜੋ ਕਿ ਬਹੁਤ ਹੀ ਇੱਕ ਯੋਗ ਡਾਕਟਰ ਨੇ ਔਰ ਉਹਨਾਂ ਦੀਆਂ ਸੇਵਾਵਾਂ ਲੈ ਕੇ ਅਸੀਂ ਸਮਾਜ ਨੂੰ ਅਸੀਂ ਕੁਛ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਦੇ ਵਿੱਚ ਕੁਛ ਸਹਾਇਤਾ ਕਰਨੀ ਚਾਹੁੰਦੇ ਹਾਂ। ਸੋ ਲੋਕਾਂ ਨੂੰ ਅਪੀਲ ਹੈ ਕਿ ਅਗਰ ਕੋਈ ਵੀ ਇਸ ਤਰ੍ਹਾਂ ਦਾ ਕੋਈ ਬਿਮਾਰੀ ਦੇ ਨਾਲ ਸੰਬੰਧਿਤ ਹੋਵੇ ਤਾਂ ਉਹ ਜ਼ਰੂਰ ਇਸ ਕੈਂਪ ਦੇ ਵਿੱਚ ਪਹੁੰਚਣ ਔਰ ਇਸੇ ਤੋਂ ਇਲਾਵਾ ਅਸੀਂ ਹੋਰ ਕਈ ਸਾਡੇ ਕੋਲ ਪਲੈਨਸ ਨੇ, ਅਸੀਂ ਚੱਲਦੇ ਰਹਿੰਦੇ ਹਾਂ। ਗਰੀਬ ਬੱਚਿਆਂ ਨੂੰ ਅਸੀਂ ਕਿਤਾਬਾਂ ਵੀ ਦਿੰਦੇ ਹਾਂ ਔਰ ਆਰਟੀਫਿਸ਼ਲ ਲਿਮਸ ਵੀ ਲਵਾਉਣ ਦੇ ਵਿੱਚ ਮਦਦ ਕਰਦੇ ਹਾਂ ਔਰ ਜਿਹੜੇ ਵਿਡੋ ਪੈਨਸ਼ਨਸ ਨੇ ਅਸੀਂ ਉਹਨਾਂ ਵੀ ਜ਼ਰੂਰਤਮੰਦ ਲੇਡੀਜ਼ ਨੂੰ ਮੰਥਲੀ ਉਸ ਦੇ ਵਿੱਚ ਅਸੀਂ ਪੈਨਸ਼ਨ ਵੀ ਅਸੀਂ ਦਿੰਦੇ ਹਾਂ। ਹਰ ਤਰ੍ਹਾਂ ਦੇ ਨਾਲ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਜਾਂ ਫੀਸ ਵਗੈਰਾ ਕੋਈ ਬੱਚਾ ਨਹੀਂ ਦੇ ਸਕਦਾ ਉਹਦੀ ਵੀ ਅਸੀਂ ਮਦਦ ਕਰਦੇ ਹਾਂ। ਸੋ ਬਹੁਤ ਹੀ ਅੱਛਾ ਲੱਗ ਰਿਹਾ ਵਾ ਕਿ ਅੱਜ ਫਿਰ ਸਮਾਜ ਸੇਵਾ ਦੇ ਵਾਸਤੇ ਇਹ ਸਾਡਾ ਕੈਂਪ ਜਿਹੜਾ ਹੈਗਾ ਲੱਗਿਆ ਹੋਇਆ ਹੈ ਔਰ ਮੈਂ ਇਹ ਕਾਮਨਾ ਕਰਦਾ ਵਾਂ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਜੋ ਜਨਰੇਸ਼ਨ ਹੈ ਉਹ ਬਿਲਕੁਲ ਠੀਕ ਠਾਕ ਰਹੇ, ਹੈਲਦੀ ਰਹੇ ਔਰ ਉਸ ਦੇ ਨਾਲ ਇਸ ਸਮਾਜ ਦਾ ਇੱਕ ਅੱਛਾ ਹੀ ਮੈਸੇਜ ਆਵੇ। ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਏਕਤਾ ਲਹਿਰ ਵਾਲਿਆਂ ਦਾ ਵੀ ਜਿਨ੍ਹਾਂ ਨੇ ਕਿ ਟਾਈਮ ਦਿੱਤਾ ਹੈ ਔਰ ਸਾਡੇ ਪ੍ਰਧਾਨ ਹਰਮਨ ਨਿੱਜਰ ਜੀ, ਭੁਪਿੰਦਰ ਜੀ, ਲਾਲੀ ਜੀ, ਆਪਣੇ ਅਮਿਤ ਜੀ, ਦਮਨਜੀਤ ਜੀ, ਇਹ ਸਾਰੇ ਬਹੁਤ ਸਹਿਯੋਗ ਕਰਦੇ ਨੇ। ਤੋ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਔਰ ਇਹੀ ਕਾਮਨਾ ਕਰਦਾ ਵਾਂ ਕਿ ਸਾਡੇ ਜੋ ਵੀ ਇਸ ਬਿਮਾਰੀਆਂ ਦੇ ਨਾਲ ਗ੍ਰਸਤ ਲੋਕ ਨੇ ਉਹ ਆਉਣ ਔਰ ਫਾਇਦਾ ਉਠਾਉਣ ਔਰ ਫਿਰ ਵੀ ਕਿਤੇ ਹੋਰ ਕਿਸੇ ਗੱਲ ਦੀ ਜ਼ਰੂਰਤ ਹੋਵੇ ਤਾਂ ਅਸੀਂ ਉਹਦੇ ਵਾਸਤੇ ਹਾਜ਼ਰ ਹਾਂ। ਬਹੁਤ ਬਹੁਤ ਧੰਨਵਾਦ। ਹਾਂਜੀ, ਮੈਂ ਜੀ ਹਰਮਨ ਨਿੱਜਰ, ਚੇਅਰਮੈਨ ਭਾਈ ਘਨੱਈਆ ਜੀ ਆਸ਼ੀਰਵਾਦ ਸੁਸਾਇਟੀ ਨਕੋਦਰ। ਸੋ ਜੀ, ਅੱਜ ਅਸੀਂ ਇੱਥੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਾਇਆ ਆ ਨਿੱਜਰ ਕੰਪਲੈਕਸ ਨੂਰਮਹਿਲ ਰੋਡ ਨਕੋਦਰ ਵਿਖੇ, ਜਿਸ ਵਿੱਚ ਅਸੀਂ ਸਪੈਸ਼ਲੀ ਹਾਰਟ ਪੇਸ਼ੈਂਟਸ ਨੂੰ ਚੈੱਕ ਕਰ ਰਹੇ ਹਾਂ। ਉਹਨਾਂ ਦੀ ECG, ਬਲੱਡ ਪ੍ਰੈਸ਼ਰ, ਸ਼ੂਗਰ ਵਗੈਰਾ ਹਰ ਤਰ੍ਹਾਂ ਦੇ ਇੱਥੇ ਟੈਸਟ ਫ੍ਰੀ ਹੋ ਰਹੇ ਆ। ਅਤੇ ਸਪੈਸ਼ਲੀ ਅਸੀਂ ਇਹ ਕੈਂਪ ਲਾਇਆ ਹੋਇਆ ਪ੍ਰੈਗਨੈਂਟ ਲੇਡੀਜ਼ ਲਈ, ਜੋ ਕਿ ਸਾਡੇ ਸਪੈਸ਼ਲੀ ਡਾਕਟਰ ਦੀਆਂ ਟੀਮ ਆਈ ਹੋਈ ਹੈ ਲੁਧਿਆਣੇ ਤੋਂ, ਸਪੈਸ਼ਲ ਗਾਇਨੋਲੋਜਿਸਟ ਡਾਕਟਰ ਵੀ ਇੱਥੇ ਪਹੁੰਚੇ ਹੋਏ ਨੇ। ਹੋਰ ਸਾਡੇ ਜੀ ਬਹੁਤ ਸਾਰੇ ਪ੍ਰੋਜੈਕਟ ਇੱਥੇ ਅੱਗੇ ਵੀ ਆ ਰਹੇ ਨੇ। ਹੁਣ ਅਸੀਂ ਪਿੰਡਾਂ ਦੇ ਵਿੱਚ ਵੀ ਸਾਡੇ ਫ੍ਰੀ ਆਈ ਚੈੱਕਅਪ ਕੈਂਪ ਲੱਗੂਗੇ,
ਅਤੇ ਉਸ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਨਸ਼ੇ ਦੇ ਉੱਤੇ ਵੀ ਇੱਕ ਸੈਮੀਨਾਰ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੋ ਕਿ ਥੋੜ੍ਹਾ ਵੱਡਾ ਸੈਮੀਨਾਰ ਅਸੀਂ ਕਰਾਵਾਂਗੇ। ਉਸ ਸੈਮੀਨਾਰ ਤੋਂ ਬਾਅਦ ਅਸੀਂ ਸਕੂਲਾਂ ਦੇ ਵਿੱਚ ਪਲੱਸ ਵਨ ਪਲੱਸ ਟੂ ਦੇ ਬੱਚਿਆਂ ਦੇ ਨਾਲ ਅਸੀਂ ਸੈਮੀਨਾਰ ਕਰਿਆ ਕਰਾਂਗੇ ਕਿਉਂਕਿ ਯੂਥ ਨੂੰ ਅਸੀਂ ਚੰਗੇ ਪਾਸੇ ਲਾਵਾਂਗੇ ਅਤੇ ਆਪਣਾ ਦੇਸ਼ ਦੀ ਵੀ ਤਰੱਕੀ ਵੀ ਹੋਊਗੀ। ਸੋ ਇਸ ਤੋਂ ਬਾਅਦ ਅਸੀਂ ਜ਼ਿਆਦਾ ਨਸ਼ੇ ਦੇ ਉੱਪਰ ਹੀ ਜਾਵਾਂਗੇ ਅਤੇ ਨਸ਼ੇ ਨੂੰ ਛਡਾਵਾਂਗੇ ਜਿਹੜੇ ਆਪਣੇ ਨੌਜਵਾਨ ਜਾ ਰਹੇ ਨਸ਼ੇ ਵੱਲ।